ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ ਸੀਗਾ ਉਹਨਾਂ ਦੇ ਸੰਬੰਧ ਵਿੱਚ ਲਾਇਆ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਖੜ੍ਹੇ ਹਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨੇੜੇ ਜਿੱਥੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ, ਚਾਰ ਸਾਹਿਬਜ਼ਾਦੇ, ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹਾਂ। ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਸਮੂਹ ਸੰਗਤ ਵੱਲੋਂ ਔਰ ਇਲਾਕਾ ਨਿਵਾਸੀਆਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਇਕੱਤਰ ਹੋ ਕੇ ਦੁੱਧ ਦਾ ਲੰਗਰ ਲਗਾਇਆ ਗਿਆ ਔਰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਕਿ ਜਿੱਥੇ ਇੰਨੀ ਸਰਦੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੀਹਾਂ ਦੇ ਵਿੱਚ ਚਿਣਾ ਕੇ ਹੋਈ ਸੀ, ਉਸ ਛੋਟੇ ਸਾਹਿਬਜ਼ਾਦਿਆਂ ਨੂੰ ਮੋਤੀ ਰਾਮ ਮਹਿਰਾ ਜੀ, ਜਿਹੜੇ ਕਿ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਂਦੇ ਸਨ, ਉਹਨਾਂ ਦੀ ਯਾਦ ਦੇ ਵਿੱਚ ਅੱਜ ਸਮੂਹ ਸੰਗਤਾਂ ਨੂੰ ਅੰਮ੍ਰਿਤਸਰ ਵਿਖੇ ਦੁੱਧ ਦੀ ਸੇਵਾ ਨਿਭਾਈ ਜਾ ਰਹੀ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਇਹਦੀਆਂ ਕੁਛ ਤਸਵੀਰਾਂ। ਮੈਂ ਇੰਦਰਜੀਤ ਕੈਪਟਨ, ਕਾਨੂੰਨੀ ਸ਼ਿਕੰਜਾ, ਅੰਮ੍ਰਿਤਸਰ ਤੋਂ। ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਜੀ ਅਤੇ ਇਹ ਹਰ ਸਾਲ ਲਾਇਆ ਜਾਂਦਾ ਲੰਗਰ ਜੀ? ਕਿੰਨਾ ਚਿਰ ਹੋ ਗਿਆ? ਅਤੇ ਇਹ ਫਿਰ ਸੰਗਤ ਦੇ ਸਹਿਯੋਗ ਨਾਲ ਹੁੰਦਾ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਸਤਿੰਦਰਪਾਲ ਸਿੰਘ। ਅੱਛਾ, ਤੁਸੀਂ ਪ੍ਰਧਾਨ ਹੋ ਸੋਸਾਇਟੀ ਦੇ? ਹਾਂਜੀ। ਇਹ ਹਰ ਸਾਲ ਲੰਗਰ ਲਾਇਆ ਜਾਂਦਾ ਜੀ? ਹਰ ਸਾਲ ਲਾਇਆ ਜਾਂਦਾ ਬਾਈ। ਅਤੇ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ? ਇਹ ਛੋਟੇ ਸਾਹਿਬਜ਼ਾਦੇ ਦੀ ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ ਸੀਗਾ ਉਹਨਾਂ ਦੇ ਸੰਬੰਧ ਵਿੱਚ ਲਾਇਆ ਜਾਂਦਾ ਜੀ। ਅਤੇ ਇੱਕ ਤੁਸੀਂ ਪੋਸਟਰ ਲਾਇਆ ਹੋਇਆ ਨੌਜਵਾਨ ਕਿਸਾਨਾਂ ਦਾ? ਕਿਸਾਨਾਂ ਦੇ ਰੋਸ ਵਾਸਤੇ ਲਾਇਆ ਜੀ। ਅੱਛਾ ਜੀ, ਉਹਦੇ ਸੰਘਰਸ਼ ਹੋਣ ਡਿਆ ਜੀ, ਉਹਦੇ ਕਰਕੇ ਲਾਇਆ। ਅਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਜਿਹੜੇ ਤੁਹਾਡੀ ਇਹ ਸੋਸਾਇਟੀ ਅਤੇ ਸਮੂਹ ਸੰਗਤ ਦੀ ਜਿਹੜੀ ਆਵਾਜ਼ ਆ, ਇਹ ਕਿਸਾਨ ਵੀਰਾਂ ਦੇ ਨਾਲ ਇਹ ਕੋਈ ਉਪਰਾਲਾ ਨਿਕਲੂਗਾ? ਇਹਦਾ ਇਹਦਾ ਹੱਲ ਨਿਕਲਣਾ ਚਾਹੀਦਾ ਜੀ, ਇਹਦਾ ਹੱਲ ਜ਼ਰੂਰ ਨਿਕਲਣਾ ਚਾਹੀਦਾ। ਇਹ ਮੋਦੀ ਦਾ ਸੰਦੇਸ਼ ਹੈ, ਇਹਦਾ ਹੱਲ ਜ਼ਰੂਰ ਨਿਕਲੇ, ਛੇਤੀ ਤੋਂ ਛੇਤੀ ਨਿਕਲੇ ਤਾਂ ਕਿ ਉਹ ਵੀਰ ਘਰ ਆਉਣ ਆਪਣੇ।